ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬਲਵਿੰਦਰ ਦੀ ਰਸੋਈ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਆਪਣੀ ਰਸੋਈ ਦੇ ਵਿੱਚ ਹੈਲਦੀ ਬੇਸਣ ਦਾ ਚਿੱਲਾ ਬਣਾ ਕੇ ਤਿਆਰ ਕਰਾਂਗੇ, ਜੋ ਖਾਣ ਵਿੱਚ ਬਹੁਤ ਹੀ ਟੇਸਟੀ ਹੋਏਗਾ। ਜੇ ਤੁਸੀਂ ਅਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਤੁਸੀਂ ਬੈੱਲ ਦਾ ਬਟਨ ਵੀ ਪ੍ਰੈਸ ਕਰ ਲਓ ਤਾਂ ਜੋ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਜੇ ਤੁਹਾਨੂੰ ਰੈਸਪੀ ਵਧੀਆ ਲੱਗੀ ਤਾਂ ਤੁਸੀਂ ਲਾਈਕ ਕਰਿਓ ਅਤੇ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਓ। ਚਲੋ ਰੈਸਪੀ ਸ਼ੁਰੂ ਕਰਦੇ ਹਾਂ। ਬੇਸਣ ਦਾ ਚਿੱਲਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਤਾਂ ਅਸੀਂ ਬੇਸਣ ਨੂੰ ਛਾਣ ਕੇ ਤਿਆਰ ਕਰ ਲੈਂਦੇ ਹਾਂ। ਬੇਸਣ ਨੂੰ ਛਾਣ ਕੇ ਹੀ ਡਿੱਬੇ ਵਿੱਚ ਪਾਇਆ ਹੋਏ ਅਤੇ ਫਿਰ ਵੀ ਇਹਦੀਆਂ ਗੰਢਾਂ ਜਿਹੀਆਂ ਰਹਿ ਜਾਂਦੀਆਂ ਨੇ ਵਿੱਚ, ਅਤੇ ਅਸੀਂ ਇਸ ਤਰ੍ਹਾਂ ਛਾਣ ਕੇ, ਜਿਹੜਾ ਕੋਈ ਕਚਰਾ ਹੋਏ ਉਹ ਵੀ ਨਿਕਲ ਜਾਂਦਾ। ਤੁਸੀਂ ਕਿੰਨੇ ਚਿੱਲੇ ਬਣਾਉਣਾ ਚਾਹੁੰਦੇ ਹੋ ਤੁਸੀਂ ਉਸ ਹਿਸਾਬ ਦੇ ਨਾਲ ਬੇਸਣ ਲੈ ਸਕਦੇ ਹੋ। ਮੈਂ ਪਹਿਲਾਂ ਹੀ ਬੇਸਣ ਛਾਣ ਕੇ ਰੱਖਿਆ ਸੀ, ਇਸ ਕਰਕੇ ਇਹਦੇ 'ਚ ਕੋਈ ਵੀ ਕਚਰਾ ਨਹੀਂ ਨਿਕਲਿਆ। ਤੁਸੀਂ ਵੀ ਚਿੱਲਾ ਬਣਾਉਣ ਲੱਗਿਆ ਬੇਸਣ ਨੂੰ ਛਾਣ ਕੇ ਲੈਣਾ ਹੈ। ਵਿੱਚ ਪਾ ਦਿੰਦੇ ਹਾਂ ਅਸੀਂ ਹੁਣ ਮਸਾਲੇ। ਥੋੜ੍ਹੀ ਜਿਹੀ ਅਸੀਂ ਹਿੰਗ ਪਾ ਦਿਆਂਗੇ, ਹਿੰਗ ਡਾਈਜੈਸ਼ਨ ਵਾਸਤੇ ਬਹੁਤ ਵਧੀਆ ਹੁੰਦੀ ਹੈ। ਥੋੜ੍ਹੀ ਜਿਹੀ ਅਸੀਂ ਅਜਵਾਇਣ ਲਵਾਂਗੇ ਅਤੇ ਇਹਨੂੰ ਇਸ ਤਰ੍ਹਾਂ ਹੱਥਾਂ ਦੇ ਨਾਲ ਕ੍ਰਸ਼ ਕਰਕੇ ਪਾਵਾਂਗੇ। ਇਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ। ਵਿੱਚ ਟੇਸਟ ਦੇ ਅਕੋਰਡਿੰਗ ਪਾਵਾਂਗੇ ਨਮਕ। ਚਮਚ ਦੇ ਚੌਥਾਈ ਤੋਂ ਵੀ ਘੱਟ ਲਾਲ ਮਿਰਚ ਦਾ ਪਾਊਡਰ ਪਾਵਾਂਗੇ। ਥੋੜ੍ਹੀ ਜਿਹੀ ਹਲਦੀ ਪਾ ਦਿਆਂਗੇ ਚਮਚ ਦਾ ਚੌਥਾਈ। ਸਪਾਈਸੀ ਬਣਾਉਣ ਵਾਸਤੇ ਅਸੀਂ ਇਹਦੇ ਵਿੱਚ ਇੱਕ ਚਮਚ ਗ੍ਰੀਨ ਚਿੱਲੀ ਸੌਸ ਪਾਵਾਂਗੇ। ਇਹਦੇ ਨਾਲ ਬਹੁਤ ਹੀ ਚਟਪਟਾ ਫਲੇਵਰ ਆਏਗਾ ਵਿੱਚ। ਅਤੇ ਸਾਰੇ ਮਸਾਲਿਆਂ ਨੂੰ ਅਸੀਂ ਮਿਕਸ ਕਰ ਦਿੰਦੇ ਹਾਂ ਅਤੇ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਅਤੇ ਅਸੀਂ ਇਹਦਾ ਘੋਲ ਤਿਆਰ ਕਰ ਲਵਾਂਗੇ। ਇਸ ਤਰ੍ਹਾਂ ਵਿਸਕਰ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਅਤੇ ਵਿਸਕਰ ਦੇ ਨਾਲ ਅਸੀਂ ਇਹਦਾ ਘੋਲ ਤਿਆਰ ਕਰ ਲਵਾਂਗੇ। ਇਹਦੇ ਵਿੱਚ ਕੋਈ ਵੀ ਗੰਢ ਨਹੀਂ ਰਹਿਣੀ ਚਾਹੀਦੀ। ਬੇਸਣ ਦਾ ਚਿੱਲਾ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਅਤੇ ਜਦੋਂ ਵੀ ਬੱਚਿਆਂ ਨੂੰ ਕੋਈ ਛੋਟੀ ਮੋਟੀ ਭੁੱਖ ਹੋਏ ਤਾਂ ਤੁਸੀਂ ਉਦੋਂ ਹੀ ਬਣਾ ਕੇ ਉਹਨਾਂ ਨੂੰ ਦੇ ਸਕਦੇ ਹੋ ਅਤੇ ਹੈਲਦੀ ਵਰਜਨ ਵੀ ਹੈ। ਜੇ ਤੁਸੀਂ ਇਹਦੇ ਵਿੱਚ ਸਬਜ਼ੀਆਂ ਵੀ ਐਡ ਕਰਨਾ ਚਾਹੋ ਤੁਸੀਂ ਉਹ ਵੀ ਕਰ ਸਕਦੇ ਹੋ, ਪਰ ਮੈਂ ਤਾਂ ਅੱਜ ਬਿਲਕੁਲ ਸਿੰਪਲ ਬੇਸਣ ਦਾ ਚਿੱਲਾ ਬਣਾ ਕੇ ਤਿਆਰ ਕਰਨਾ ਹੈ। ਵੇਖੋ ਇਸ ਤਰ੍ਹਾਂ ਦਾ ਘੋਲ ਹੋਣਾ ਚਾਹੀਦਾ। ਜਿੰਨਾ ਹੀ ਜ਼ਿਆਦਾ ਘੋਲ ਨੂੰ ਫੈਂਟੋਗੇ ਉਨਾ ਹੀ ਜਿਹੜਾ ਚਿੱਲਾ ਹੈ ਕ੍ਰਿਸਪੀ ਬਣ ਕੇ ਤਿਆਰ ਹੋਏਗਾ। ਅਤੇ 10 ਮਿੰਟਾਂ ਵਾਸਤੇ ਅਸੀਂ ਇਹਨੂੰ ਢੱਕ ਕੇ ਰੱਖ ਦਿੰਦੇ ਹਾਂ। 10 ਮਿੰਟ ਹੋ ਗਏ ਨੇ ਅਤੇ ਅਸੀਂ ਹੁਣ ਚਿੱਲੇ ਦੇ ਘੋਲ ਨੂੰ ਚੈੱਕ ਕਰ ਲੈਂਦੇ ਹਾਂ। ਚਿੱਲੇ ਨੂੰ ਕ੍ਰਿਸਪੀ ਬਣਾਉਣ ਵਾਸਤੇ ਇਹਦੇ ਵਿੱਚ ਅਸੀਂ 2 ਚਮਚ ਤੇਲ ਦੇ ਪਾ ਦਿਆਂਗੇ। ਇਹਦੇ ਨਾਲ ਜਿਹੜਾ ਚਿੱਲਾ ਹੈ ਨਾ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੋਏਗਾ। ਤੁਸੀਂ ਵੀ ਜ਼ਰੂਰ ਤੇਲ ਵਿੱਚ ਪਾ ਕੇ ਬਣਾਇਓ। ਜਿਸ ਤਰ੍ਹਾਂ ਪਕੌੜਿਆਂ ਦਾ ਘੋਲ ਤਿਆਰ ਕਰੀਏ ਅਤੇ ਵਿੱਚ ਤੇਲ ਪਾਈਦਾ ਅਤੇ ਪਕੌੜੇ ਬਹੁਤ ਹੀ ਕ੍ਰਿਸਪੀ ਬਣਦੇ ਨੇ, ਅਤੇ ਇਸੇ ਤਰ੍ਹਾਂ ਹੀ ਜੇ ਚਿੱਲੇ ਦੇ ਵਿੱਚ ਵੀ ਤੇਲ ਪਾ ਕੇ ਘੋਲ ਨੂੰ ਤਿਆਰ ਕਰੀਏ ਅਤੇ ਚਿੱਲੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ। 1-2 ਮਿੰਟ ਬੈਟਰ ਨੂੰ ਚੰਗੀ ਤਰ੍ਹਾਂ ਫੈਂਟ ਲੈਂਦੇ ਹਾਂ। ਘੋਲ ਬਣ ਕੇ ਤਿਆਰ ਹੈ ਅਤੇ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਤਵਾ ਸਾਡਾ ਗਰਮ ਹੋ ਗਿਆ ਹੈ ਅਤੇ ਅਸੀਂ ਇਹਨੂੰ ਹੁਣ ਤੇਲ ਲਾ ਕੇ ਗਰੀਸ ਕਰ ਲੈਂਦੇ ਹਾਂ। ਜਿਸ ਤਰ੍ਹਾਂ ਅਸੀਂ ਡੋਸੇ ਵਾਸਤੇ ਤਵੇ ਨੂੰ ਤਿਆਰ ਕਰਨੇ ਹਾਂ, ਅਸੀਂ ਇਸੇ ਤਰ੍ਹਾਂ ਚਿੱਲੇ ਵਾਸਤੇ ਵੀ ਤਵੇ ਨੂੰ ਤਿਆਰ ਕਰਾਂਗੇ। ਪਾਣੀ ਪਾ ਕੇ ਤੈਨੂੰ ਪੂੰਝ ਲਾਂਗੇ। ਇਸ ਤਰ੍ਹਾਂ ਜਿਹੜਾ ਚਿੱਲਾ ਹੈ ਤਵੇ ਦੇ ਨਾਲ ਚਿਪਕਦਾ ਨੇ। ਇਸ ਤਰ੍ਹਾਂ ਅਸੀਂ ਇੱਕ ਵੱਡਾ ਚਮਚ ਬੇਸਣ ਦਾ ਭਰ ਕੇ ਫੁਲਾ ਦਾਂਗੇ। ਤੁਸੀਂ ਜਿੰਨਾ ਪਤਲਾ ਫੁਲਾਉਣਾ ਚਾਹੋ ਤੁਸੀਂ ਉਨਾ ਹੀ ਪਤਲਾ ਫੁਲਾ ਸਕਦੇ ਹੋ। ਅਤੇ ਸੇਕ ਨੂੰ ਅਸੀਂ ਹੁਣ ਮੀਡੀਅਮ ਕਰ ਦਿੰਦੇ ਹਾਂ। ਪਹਿਲਾਂ ਅਸੀਂ ਹਾਈ ਫਲੇਮ 'ਤੇ ਤਵੇ ਨੂੰ ਗਰਮ ਕੀਤਾ ਹੈ ਅਤੇ ਉਸ ਤੋਂ ਬਾਅਦ ਅਸੀਂ ਫਿਰ ਲੋਅ ਕਰਕੇ ਫਿਰ ਅਸੀਂ ਬੈਟਰ ਪਾਇਆ ਉੱਪਰ, ਉਸ ਤੋਂ ਬਾਅਦ ਅਸੀਂ ਮੀਡੀਅਮ ਕਰ ਦਿੱਤਾ ਅਤੇ ਤੇਲ ਦੀਆਂ ਅਸੀਂ ਥੋੜ੍ਹੀ ਜਿਹੀ ਬੂੰਦਾਂ ਇਹਦੇ ਚਾਰੋਂ ਤਰਫ ਪਾ ਦਿਆਂਗੇ।
कुछ बूंदा सी उपर भी पा देंगे। जो ये साइडा थोड़ी जी ब्राउन हो जाएगी फिर असं चिल्ले पलटांगे। वेखो चिल्ला उपर तो थोड़ा थोड़ा ड्राई हो गया है तो असी इस तरह खुरचने के नाल ये चारों तरफ तो किनारे छुड़ा लाँगे। पलट दें देखो कितना वधिया कलर आया। तेल पा दें चारों तरफ तो ताँ जो दूसरी दिन साइड भी चिल्ला वधिया तरह पक जाए। पंजाबी विच असी इहनू पूड़ा कहिंदे आ बेसन का पूड़ा। इलाके विच रहिंदे आ उत्थे सानू उस साइड की भी सानू बोली बोलनी पैंदी है तो इस करके ज़्यादातर मूँह विचों हिंदी निकल जाती है। इस तरह दबाते हुए असी चंगी तरह क्रिस्पी कर लाँगे तो साइड असी चेंज कर दें। देखो दूसरी तरफ भी कितना वधिया बन के तैयार होया। देखो कितना वधिया बन के तैयार होया। चिल्ला बन के तैयार है। बेसन का पूड़ा बन के तैयार है तो असी इन्हें एक प्लेट में कट लें। सारे चिल्ले असी इस तरह ही बना के तैयार कर लाँगे। बेसन के पूड़े साढ़े बन के तैयार ने जिन्हों चिल्ला भी कहते हैं। बेसन का चिल्ला साढ़ा बन के तैयार है तो असी टमाटो कैचअप के नाल सर्व कर दिता तो वेखो किन्ने वधिया क्रिस्पी बने ने साइडां ते पता चलता होएगा। तो तुसी भी इस आसान रैसपी नू अपने घर बना के जरूर ट्राई करियो। तो जिहड़ा मैथड मैं तुहानू दस्सिया है चिल्ली सॉस पा के विच रिफाइंड तेल पा के फिर बैटर तैयार करो उहदे नाल ते बहुत ही चटपटे ते क्रिस्पी बन के पूड़े तैयार हुंदे ने। जे तुहानू अज की रैसपी वधिया लगी हुई तो प्लीज़ तुसी लाइक करियो ते अपने फ्रेंड्स के नाल शेयर जरूर करिया करो। जे चैनल ते पहली बार आए हो तो सबसक्राइब जरूर करके जायो। कमेंट करके भी दस्सियो कि रैसपी किवें दी लगी क्योंकि मैनू तुहाडे कमेंटां दा इंतजार रहिंदा है ते मैनू तुहाडे सपोर्ट की बहुत जरूरत है। तो फिर मिलांगे एक नवी रैसपी के नाल। तद तक लई बाय बाय।